ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਰੀਡਰ ਉਸ ਦਾ ਪ੍ਰੋਜ਼ ਸੈਕਸ਼ਨ ਦਾ ਲੈਸਨ ਨੰਬਰ 10 ਅਰਥਾਤ ਪ੍ਰੋਜ਼ ਪਾਰਟ 10 ਸੇਂਟ ਰਵੀਦਾਸ ਅਰਥਾਤ ਸੰਤ ਰਵੀਦਾਸ ਇਸ ਲੈਸਨ ਦੀ ਰੀਡਿੰਗ ਅਤੇ ਟ੍ਰਾਂਸਲੇਸ਼ਨ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਬੱਚਿਓ ਵੀਡੀਓ ਕਿਤੇ ਬਹੁਤ ਵੱਡਾ ਨਾ ਹੋ ਜਾਏ ਇਸ ਦਰ ਕੋ ਨੂੰ ਮੈਂ ਇਸ ਲੈਸਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ ਸੋ ਇਹਦੇ ਵਿੱਚ ਅੱਧਾ ਹਿੱਸਾ ਕਰਾਂਗੇ ਤੇ ਅੱਧਾ ਹਿੱਸਾ ਜਿਹੜਾ ਹੈ ਉਹ ਪਾਰਟ 2 ਵਿੱਚ ਕਰਾਂਗੇ ਠੀਕ ਹੈ ਤਾਂ ਕਿ ਵੀਡੀਓ ਬਹੁਤ ਵੱਡਾ ਨਾ ਹੋ ਜਾਏ ਇਸ ਡਰ ਕਰਕੇ ਮੈਂ ਇਸ ਲੈਸਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ ਸੋ ਇਸ ਵਿੱਚ ਅਸੀਂ ਕਰਨ ਜਾ ਰਹੇ ਹਾਂ ਸੇਂਟ ਰਵਿਦਾਸ ਪਾਰਟ 1 ਇਸ ਲੈਸਨ ਨੂੰ ਅਸੀਂ ਪੜ੍ਹਾਂਗੇ ਤੇ ਉਹਦਾ ਤਰਜਮਾ ਕਰਾਂਗੇ ਇੱਕ ਇੱਕ ਸ਼ਬਦ ਦੇ ਅਰਥ ਤੁਹਾਨੂੰ ਦੱਸੇ ਜਾਣਗੇ ਨਾਲ ਪੂਰੇ ਸੈਂਟੈਂਸਸ ਨੂੰ ਮੈਂ ਪੰਜਾਬੀ ਵਿੱਚ ਵੀ ਲਿਖ ਦਿੱਤਾ ਹੈ ਤਾਂ ਕਿ ਤੁਹਾਨੂੰ ਇੰਗਲਿਸ਼ ਤੋਂ ਪੰਜਾਬੀ ਸਮਝਣ ਲਈ ਬਿਲਕੁਲ ਜੀ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਪਰ ਤੁਸੀਂ ਆਪਣੀ ਨੋਟਬੁੱਕ ਹੋਰੇ ਪੈਨ ਲੈ ਲਓ ਤੇ ਜਿਹੜੇ-ਜਿਹੜੇ ਸ਼ਬਦ ਔਖੇ ਵਿਚ ਆ ਰਹੇ ਨੇ ਮੈਂ ਉਹਨਾਂ ਦੇ ਅਰਥ ਦੱਸਾਂਗਾ ਤੇ ਤੁਸੀਂ ਲਿਖੇ ਵੀ ਹੋਏ ਨੇ ਤੇ ਉਹਨਾਂ ਨੂੰ ਤੁਸੀਂ ਕਾਪੀ ਡਾਉਨ ਜਰੂਰ ਕਰ ਲੈਣਾ ਹੈ ਕਾਪੀ ਡਾਉਨ ਦੇ ਨਾਲ ਕੀ ਹੋਏਗਾ ਕਿ ਤੁਹਾਡਾ ਜਿਹੜਾ ਹੈ ਸਬਕ ਉਹ ਪੱਕਾ ਹੋ ਜਾਏਗਾ ਤੇ ਉਹ ਸ਼ਬਦ ਜਿਹੜੇ ਨੇ ਤੁਹਾਡੀ ਉਹਨਾਂ ਦੇ ਨਾਲ ਅੰਗਰੇਜ਼ੀ ਦੇ ਸ਼ਬਦਾਂ ਦੇ ਨਾਲ ਤੇ ਉਹਨਾਂ ਦੇ ਅਰਥਾਂ ਦੇ ਨਾਲ ਤੁਹਾਡੀ ਜਾਣ ਪਛਾਣ ਬਣ ਜਾਏਗੀ। ਇਸੇ ਚੈਨਲ ਦੇ ਉੱਤੇ ਪਿਆਰੇ ਵਿਦਿਆਰਥੀਓ ਤੁਹਾਡੀ 8ਵੀਂ ਕਲਾਸ ਦੀ ਮੈਥ ਦੀ ਬੁੱਕ ਜਿਹੜੀ ਹੈ ਉਹਦੇ ਸਾਰੇ ਸਵਾਲ ਵੀ ਹੱਲ ਕਰਕੇ ਪਾ ਦਿੱਤੇ ਗਏ ਨੇ। ਤੁਸੀਂ ਚੈਨਲ ਤੇ ਜਾਣਾ ਤੇ ਪਲੇਲਿਸਟ ਵੀ ਜਾਣਾ ਤੇ 8th ਮੈਥ ਤੇ ਉਹਦੇ ਵਿੱਚ ਤੁਹਾਨੂੰ ਸਾਰੇ ਸਵਾਲ ਹੱਲ ਕੀਤੇ ਹੋਏ ਸਮਝਾ ਕੇ ਉਹਤੇ ਵੀਡੀਓ ਬਣੇ ਹੋਏ ਤੁਹਾਨੂੰ ਮਿਲ ਜਾਣਗੇ। ਤੇ ਇੱਕ ਪਲੇਲਿਸਟ ਹੋ ਰਹੀ ਹੈ 8th ਮੈਥ ਨੋਟਸ ਤੇ ਉਹਦੇ ਵਿੱਚ ਜਿਹੜੇ ਗਣਿਤ ਮੈਥ ਦੇ ਤੁਹਾਡੇ ਕੋਈ ਜਿਹੜੇ ਕਨਸੈਪਟਸ ਹੈਗੇ ਨੇ ਸਿਧਾਂਤ ਹੈਗੇ ਨੇ ਉਹਨਾਂ ਨੂੰ ਡਿਟੇਲ ਵਿੱਚ ਸਮਝਾਇਆ ਗਿਆ ਜੇ ਤੁਸੀਂ ਉਹ ਵੀਡੀਓਜ਼ ਨੂੰ ਦੇਖ ਲਓ ਸੁਣ ਲਓ ਤੇ ਫਿਰ ਤੁਹਾਡੇ ਲਈ ਸਵਾਲ ਸਮਝਣੇ ਤੇ ਕਰਨੇ ਬੜੇ ਸੌਖੇ ਹੋ ਜਾਣਗੇ ਜੇ ਚੈਨਲ ਨੂੰ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੇ ਆਉਣ ਵਾਲੇ ਵੀਡੀਓਜ਼ ਬਾਰੇ ਤੁਹਾਨੂੰ ਆਪਣੇ ਆਪ ਪਤਾ ਲੱਗਦਾ ਰਹੇਗਾ ਤੇ ਵੀਡੀਓਜ਼ ਨੂੰ ਆਪਣੇ ਮਿੱਤਰਾਂ ਦੇ ਨਾਲ ਸਹਿਪਾਠੀਆਂ ਦੇ ਨਾਲ ਹਮ ਜਵਾਨੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰ ਲਿਆ ਕਰੋ ਸੋ ਆਓ ਸ਼ੁਰੂ ਕਰੀਏ India has always been the home of saints and sages. Saints ਦਾ ਮਤਲਬ ਹੁੰਦਾ ਸੰਤ so saints মানে বহুবচন संत. Sages ਅਸੀਂ ਕਹਿ ਸਕਦੇ ਹਾਂ ઋષਿ-ਮੁਨੀ ਠੀਕ ਹੈ so ਇਹ ਸੈਂਟੈਂਸ ਦਾ ਮਤਲਬ ਹੋ ਗਿਆ ਭਾਰਤ ਸਦਾ ਤੋਂ has always been ਸਦਾ ਤੋਂ ਸੰਤਾਂ ਅਤੇ ઋਸ਼ੀਆਂ ਦਾ ਘਰ ਰਿਹਾ ਹੈ ਠੀਕ ਹੈ whenever ਜਦੋਂ ਵੀ the moral moral ਹੁੰਦੀ ਹੈ ਬੱਚੋ ਨੈਤਿਕ ਨੈਤਿਕਤਾ ਦੇ ਨਾਲ ਕੋਈ ਜੁੜੀ ਹੋਈ ਗੱਲ ਔਰ ਸੋਸ਼ਲ ਸਮਾਜਿਕ ਲਾਈਫ ਮੈਨ ਜ਼ਿੰਦਗੀ ਸੋ ਮੋਰਲ ਔਰ ਸੋਸ਼ਲ ਲਾਈਫ ਦਾ ਮਤਲਬ ਹੋ ਗਿਆ ਨੈਤਿਕ ਜਾਂ ਸਮਾਜਿਕ ਜੀਵਨ ਆਫ ਪੀਪਲ ਲੋਕਾਂ ਦਾ ਸ਼ੋਜ਼ ਦਿਖਾਉਂਦਾ ਹੈ ਸਾਇੰਸ ਸੰਕੇਤ ਆਫ ਡिके ਨਿਗਾਰਦੇ ਗਿਰਾਵਟ ਦੇ ਸਮ ਸੇਂਟ ਕੋਈ ਸੰਤ ਔਰ ਪ੍ਰੋਫਿਟ ਜਾਂ ਪੈਗੰਬਰ appears ਪ੍ਰਗਟ ਹੁੰਦਾ ਹੈ on the scene on the scene ਦਾ ਮਤਲਬ ਹੁੰਦਾ ਬੱਚਿਓ ਮਤਲਬ ਕਿ ਜੋ ਸਾਡਾ ਆਲਾ ਦਵਾਲਾ ਹੈ ਜਿੱਥੇ ਅਸੀਂ ਵਿਚਰਦੇ ਹਾਂ ਜਾਂ ਅਸੀਂ ਗੱਲ ਧਰਤੀ ਤੇ ਸੋ ਇਹ ਸੈਂਟੈਂਸ ਨੂੰ ਅਸੀਂ ਪੰਜਾਬੀ ਵਿੱਚ ਕਿੱਦਾਂ ਕਵਾਂਗੇ ਜਦੋਂ ਵੀ ਲੋਕਾਂ ਦੀ ਨੈਤਿਕ ਅਤੇ ਸਮਾਜਿਕ ਜ਼ਿੰਦਗੀ ਪਤਨ ਦੇ ਸੰਕੇਤ ਦਿੰਦੀ ਹੈ ਪਤਨ ਮੈਨੇ ਗਿਰਾਵਟ ਅਰਥਾਤ ਡिके ਦਾ ਮਤਲਬ ਪਤਨ ਦੇ ਸੰਕੇਤ ਦਿੰਦੀ ਹੈ ਕੋਈ ਸੰਤ ਜਾਂ ਪੈਗੰਬਰ ਅਵਤਾਰ ਧਾਰਦਾ ਹੈ ਪਤਾ ਧਰਤਾ ਦਾ ਮਤਲਬ ਹੋਇਆ ਅਪੀਅਰਸ ਔਨ ਦੀ ਸੀਨ ਠੀਕ ਹੈ ਰਵੀਦਾਸ ਵਾਸ ਵਨ ਸੱਚ ਸੇਂਟ ਰਵੀਦਾਸ ਜੀ ਇਹੋ ਜੇ ਵਨ ਸੱਚ ਵਾਸ ਵਨ ਸੱਚ ਮਨੀ ਇਹੋ ਜੇ ਇੱਕ ਸੰਤ ਸਨ ਇਹੋ ਜੇ ਇੱਕ ਸੰਤ ਸਨ ਰਵੀਦਾਸ ਜੀ ਠੀਕ ਹੈ ਹੀ ਇਨਫਿਊਜ਼ਡ ਇਨਫਿਊਜ਼ ਦਾ ਮਤਲਬ ਹੁੰਦਾ ਹੈ ਬੱਚਿਓ ਕਿਸੇ ਖੂਬੀ ਨੂੰ ਕਿਸੇ ਗੁਣ ਨੂੰ ਕਿਸੇ ਕਲਾ ਨੂੰ ਭਰਨਾ ਉਹਨੂੰ ਕਹਿੰਦੇ ਨੇ ਇਨਫਿਊਜ਼ ਸੋ ਹੀ ਇਨਫਿਊਜ਼ਡ ਉਹਨਾਂ ਨੇ ਭਰ ਦਿੱਤੀ ਨਿਊ ਲਾਈਫ ਨਵੀਂ ਜਾਨ ਨਵੀਂ ਰੂਹ ਐਂਡ ਵਾਈਟੈਲਿਟੀ ਜੋਸ਼ ਊਰਜਾ ਤਾਕਤ ਜਾਨ ਇਨਟੂ ਦੀ ਕਿਹਦੇ ਵਿੱਚ ਹਿੰਦੂ ਸੋਸ਼ਲ ਆਰਡਰ ਜੋ ਹਿੰਦੂ ਸਮਾਜ ਦੀ ਬਣਤਰ ਸੀ ਸੋਸ਼ਲ ਆਰਡਰ ਉਹਦੇ ਵਿੱਚ at a critical period critical ਹੁੰਦਾ ਬੱਚਿਓ ਨਾਜ਼ੁਕ ਠੀਕ ਹੈ ਪੀਰੀਅਡ ਮਨੇ ਮੋੜ ਮੌਕਾ ਇਨ ਹਿਸਟਰੀ ਇਤਿਹਾਸ ਵਿੱਚ ਅਰਥਾਤ ਉਹਨਾਂ ਨੇ ਇਤਿਹਾਸ ਦੇ ਇੱਕ ਨਾਜ਼ੁਕ ਦੌਰ ਦੇ ਵੇਲੇ at a critical time in history ਇਤਿਹਾਸ ਦੇ ਇੱਕ ਨਾਜ਼ੁਕ ਨਾਜ਼ੁਕ ਦੌਰ ਦੇ ਵੇਲੇ Hindu social order Hindu ਸਮਾਜਿਕ ਬਣਤਰ Hindu ਸਮਾਜਿਕ ਬਣਤਰ ਵਿੱਚ ਇੱਕ ਨਵੀਂ ਰੂ ਨਿਊ ਲਾਈਫ ਐਂਡ ਵਾਈਟੈਲਿਟੀ ਜਾਨ ਭਰੀ ਇਨਫਿਊਜ਼ ਭਰੀ ਠੀਕ ਹੈ ਫਿਰ ਅੱਗੇ ਆ ਗਿਆ ਰਵਿਦਾਸ ਵਾਸ ਦੀ ਸਨ ਆਫ ਅ ਕੋਬਲਰ ਇਹ ਤੇ ਸੌਖਾ ਹੀ ਸੈਂਟੈਂਸ ਹੈ ਕੋਬਲਰ ਦਾ ਮਤਲਬ ਹੁੰਦਾ ਬੱਚੇ ਮੋਚੀ ਜੋ ਜੁੱਤੀਆਂ ਗੰਢਦੇ ਨੇ ਜੁੱਤੀਆਂ ਨੂੰ ਜੁੱਤੀਆਂ ਦੀ ਮੁਰਮਮਤ ਕਰਦੇ ਨੇ ਉਹਨੂੰ ਕੀ ਆ ਜਾਂਦਾ ਕੋਬਲਰ ਠੀਕ ਹੈ ਸੋ ਰਵਿਦਾਸ ਵਾਸ ਦੀ ਸਨ ਆਫ ਅ ਕੋਬਲਰ ਰਵਿਦਾਸ ਇੱਕ ਮੋਚੀ ਦੇ ਪੁੱਤਰ ਸਨ ਹੀ ਵਾਸ ਬੋਰਨ ਉਹਨਾਂ ਦਾ ਪੈਦਾਇਸ਼ ਹੋਈ ਉਹ ਜਨਮ ਉਹਨਾਂ ਨੇ ਜਨਮ ਲਿਆ ਇਹਦਾ ਈਅਰ 13th 77 ਉਹਨਾਂ ਦਾ ਜਨਮ ਸਾਲ 1377 ਵਿੱਚ ਹੋਇਆ ਹੀ ਵਾਸ ਬੋਰਨ ਐਟ ਬਨਾਰਸ ਉਹ ਬਨਾਰਸ ਵਿੱਚ ਜਨਮੇ ਬਨਾਰਸ ਕੀ ਸਿਗਾਦੀ ਹੋਲੀ ਸਿਟੀ ਆਫ ਦਾ ਹਿੰਦੂਸ ਹਿੰਦੂਆਂ ਦਾ ਇੱਕ ਪਵਿੱਤਰ ਸ਼ਹਿਰ ਉਹਨਾਂ ਦਾ ਜਨਮ ਹਿੰਦੂਆਂ ਦੇ ਪਵਿੱਤਰ ਸ਼ਹਿਰ ਬਨਾਰਸ ਵਿੱਚ ਹੋਇਆ ਹਿਸ ਪੇਰੈਂਟਸ ਉਹਨਾਂ ਦੇ ਮਾਪੇ ਵਾਂਟਿਡ ਚਾਹੁੰਦੇ ਸੀ ਟੂ ਹੈਵ ਹਿਮ ਐਜੂਕੇਟਿਡ ਉਹਨੂੰ ਪੜਾਉਣਾ ਠੀਕ ਹੈ ਉਹਨਾਂ ਦੇ ਮਾਪੇ ਉਹਨਾਂ ਨੂੰ ਪੜਾਉਣਾ ਚਾਹੁੰਦੇ ਸਨ ਦੇ ਉਹਨਾਂ ਨੇ ਸੈਂਟ ਹਿਮ ਸੈਂਡਮੈਨੇ ਭੇਜਣਾ ਸੈਂਟਮੈਨੇ ਭੇਜਿਆ ਉਹਨਾਂ ਨੂੰ ਭੇਜਿਆ ਕਿੱਥੇ ਟੂ ਸਕੂਲ ਸਕੂਲ ਭੇਜਿਆ ਸਕੂਲ ਨੂੰ ਸੀ ਬੱਚਾ ਵਿਦਿਆਲਾ ਵੀ ਕਹਿੰਦੇ ਨੇ ਮੈਂ ਜਾਣ ਕੇ ਨਵੇਂ ਸ਼ਬਦ ਪਾਣਾ ਤਾਂ ਕਿ ਤੁਹਾਡੇ ਸ਼ਬਦਾਂ ਦੇ ਭੰਡਾਰ 'ਚ ਵਾਧਾ ਹੋਵੇ ਸੋ ਮੈਂ ਸ਼ਬਦ ਵਰਤੇ ਇੱਥੇ ਚਟਸਾਲ ਮੇਰੇ ਚੈਨਲ ਚੈਨਲ ਦਾ ਨਾਮ ਵੀ ਛਟਸਾਲ ਹੀ ਹੈਗਾ ਛਟਸਾਲ ਦਾ ਮਤਲਬ ਹੁੰਦਾ ਬੱਚਿਓ ਸਕੂਲ ਜਾਂ ਪਾਠਸ਼ਾਲਾ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਮਤਲਬ ਕੀ ਉਹਨਾਂ ਨੇ ਮਤਲਬ ਕੀ ਮਾਪਿਆਂ ਨੇ ਉਹਨਾਂ ਨੂੰ ਮੈਂ ਸਤਿਕਾਰ ਵਜੋਂ ਬੱਚੇ ਉਹਨਾਂ ਨੂੰ ਲਿਖ ਰਿਹਾ ਉਸ ਨੂੰ ਕਹਿਣਾ ਚੰਗਾ ਨਹੀਂ ਲੱਗਦਾ ਅਸੀਂ ਸਤਿਕਾਰ ਤੌਰ ਤੇ ਜਿਹੜੇ ਵੱਡੇ ਬੰਦੇ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਜਾਂ ਗੁਣਵਾਨ ਬੰਦੇ ਹੁੰਦੇ ਨੇ ਉਹਨਾਂ ਨੂੰ ਅਸੀਂ ਤੁਸੀਂ ਕਰਕੇ ਜਾਂ ਉਹਨਾਂ ਕਰਕੇ ਲਿਖਦੇ ਹਾਂ ਠੀਕ ਹੈ ਸੋ ਮੈਂ ਇੱਥੇ ਲਿਖਿਆ ਉਹਨਾਂ ਨੇ ਅਰਥਾਤ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਛਟਸਾਲ ਭੇਜਿਆ ਛਟਸਾਲ ਦਾ ਮਤਲਬ ਹੁੰਦਾ ਬੱਚਿਓ ਪਾਰਸ਼ਾਲਾ ਅਨਲੱਕੀਲੀ ਲੱਕ ਮੈਨੇ ਹੁੰਦਾ ਬੱਚਿਓ ਕਿਸਮਤ ਲੱਕੀਲੀ ਕਿਸਮਤ ਨਾਲ ਅਨਲੱਕੀਲੀ ਬਦਕਿਸਮਤੀ ਨਾਲ ਠੀਕ ਹੈ ਸੋ ਅਨਲੱਕੀਲੀ ਹਿਸ ਸਟੇ ਉਹਨਾਂ ਦਾ ਟਿਕਾਣਾ ਉਹਨਾਂ ਦਾ ਉੱਥੇ ਰਹਿਣਾ ਉਹਨਾਂ ਦਾ ਸਮਾਂ ਜੋ ਬੀਤਿਆ ਉੱਥੇ ਐਟ ਸਕੂਲ ਸਕੂਲ ਵਿੱਚ ਪ੍ਰੂਵਡ ਸਾਬਤ ਹੋਇਆ ਟੂ ਵੀ ਵੈਰੀ ਸ਼ਾਰਟ ਥੋੜਾ ਚਿਰਾਂ ਐਂਡ ਅਨਹੈਪੀ ਉਦਾਸੀ ਵਾਲਾ ਅਪਹਾਗਾ ਨਾ ਖੁਸ਼ੀ ਵਾਲਾ ਠੀਕ ਹੈ ਖੁਸ਼ੀ ਨਾ ਖੁਸ਼ੀ ਵਾਲਾ ਸੋ ਬਦਕਿਸਮਤੀ ਨਾਲ ਸਕੂਲ ਵਿਖੇ ਉਹਨਾਂ ਦਾ ਸਮਾਂ ਥੋੜੇ ਜਿਹਾ ਸ਼ਾਰਟ ਅਤੇ ਅਪਾਗਾ 언ਹੈਪੀ ਸਾਬਤ ਹੋਇਆ ਪ੍ਰੂਫ ਟੂ ਬੀ ਠੀਕ ਹੈ ਸੋ ਕਿਉਂ ਹੋਇਆ ਇਦਾਂ ਇਟ ਵਾਸ ਅ ਵੈਰੀ ਪੇਨਫੁਲ ਪੇਨ ਮੈਨੇ ਦਰਦ ਪੇਨਫੁਲ ਮੈਨੇ ਦੁਖਦਾਈ ਦਰਦ ਦਰਦਨਾਕ ਐਂਡ ਅਨਪਲੇਜ਼ੈਂਟ ਅਨਪਲੇਜ਼ੈਂਟ ਉਹਦਾ ਬੱਚੋ ਬੇਸ ਵਾਦਾ ਐਕਸਪੀਰੀਅੰਸ ਮੈਨੇ ਤਜਰਬਾ ਫਾਰ ਹਿਮ ਉਹਨਾਂ ਵਾਸਤੇ ਸੋ ਸੈਂਟੈਂਸ ਕੀ ਬਣਿਆ ਉਹਨਾਂ ਵਾਸਤੇ ਇਹ ਇਹ ਕੀ ਸਕੂਲ ਵਿੱਚ ਜਾਣਾ ਤੇ ਸਕੂਲ ਦਾ ਜੋ ਤਜਰਬਾ ਸੀ ਇਹ ਬੜਾ ਦੁਖਦਾਈ ਅਤੇ ਬੇਸਵਾਦਾ ਤਜਰਬਾ ਸੀ ਕਿਉਂ ਸੀ ਉਹ ਦੇਖੀਏ ਇਟ ਲੈਫਟ ਲੀਵ ਮੈਨੇ ਛੱਡਣਾ ਲੈਫਟ ਮੈਨੇ ਛੱਡਿਆ ਆ ਡੀਪ ਡੂੰਗਾ ਐਂਡ ਲਾਸਟਿੰਗ ਮੈਨੇ ਸਥਾਈ ਪਰਮਨੈਂਟ ਸਦਾ ਸਦਾ ਵਾਸਤੇ ਰਹਿਣ ਵਾਲਾ ਸਕਾਰ ਹੁੰਦਾ ਬੱਚਿਓ ਜ਼ਖਮ ਦਾ ਨਿਸ਼ਾਨ ਜਾਂ ਅਸੀਂ ਕਹਿ ਸਕਦੇ ਹਾਂ ਅਸਰ on his mind ਉਹਨਾਂ ਦੇ ਮਨ ਉੱਤੇ ਹੁਣ ਮਨ ਤੇ ਜ਼ਖਮ ਤੇ ਅਸੀਂ ਕਹਾਂਗੇ ਅਸਰ ਠੀਕ ਹੈ ਨਾ ਜਿੱਦਾਂ ਚਮੜੀ ਤੇ ਕੋਈ ਸੱਟ ਲੱਗਦੀ ਹੈ ਤੇ ਉਹਦਾ ਨਿਸ਼ਾਨ ਰਹਿ ਜਾਂਦਾ ਅਸੀਂ ਉਹਨੂੰ ਕਹਿੰਦੇ ਹਾਂ ਸਕਾਰ ਅੰਗਰੇਜ਼ੀ ਵਿੱਚ ਠੀਕ ਹੈ ਹੁਣ ਮਨ ਉੱਤੇ ਜਿਹੜਾ ਜ਼ਖਮ ਹੈ ਉਹ ਅਸੀਂ ਉਹਨੂੰ ਕਹਿੰਦੇ ਨੇ ਅਸਰ ਕਹਿੰਦੇ ਨੇ ਇਹਦਾ ਉਹਨਾਂ ਇਸ ਗੱਲ ਨੇ ਉਹਨਾਂ ਦੇ ਮਨ ਤੇ ਡੂੰਗਾ ਅਤੇ ਸਥਾਈ ਅਸਰ ਪਾਇਆ ਕਿਸ ਗੱਲ ਨੇ ਕਿ ਉਹਨਾਂ ਦਾ ਤਜਰਬਾ ਬੜਾ ਦੁਖਦਾਈ ਸੀ ਸਕੂਲ ਵਿੱਚ ਥੋੜ੍ਹਾ ਜਿਹਾ ਸੀ ਉਦਾਸੀ ਵਾਲਾ ਸੀ ਅਪਹਾਗਾ ਸੀ ਹਨਾ ਤੇ ਬੇਸਵਾਦਾ ਤਜਰਬਾ ਸੀ ਤੇ ਕਿਉਂ ਸੀ ਰਵੀਦਾਸ ਰੀਅਲਾਈਜ਼ਡ ਰੀਅਲਾਈਜ਼ ਮੈਨੇ ਹੁੰਦਾ ਮਹਿਸੂਸ ਕਰਨਾ ਰੀਅਲਾਈਜ਼ ਬਨੇ ਮਹਿਸੂਸ ਕੀਤਾ ਥੈਟ ਕੇ ਆ ਚਾਈਲਡ ਕੋਈ ਬੱਚਾ ਬੌਰਨ ਜੰਮਿਆ ਹੋਇਆ ਇਨ ਲੋ ਕਾਸਟ ਨੀਵੀਂ ਜਾਤ ਵਿੱਚ ਨੀਵੀਂ ਜਾਤ ਦੀ ਫੈਮਿਲੀ ਵਿੱਚ ਪਰਿਵਾਰ ਵਿੱਚ ਵਾਸ ਨਾਟ ਟ੍ਰੀਟਡ ਉਹਦੇ ਨਾਲ ਵਿਹਾਰ ਨਹੀਂ ਕੀਤਾ ਜਾਂਦਾ ਸੀ ਵੈਲ ਚੰਗੀ ਤਰ੍ਹਾਂ ਇਨ ਸੋਸਾਇਟੀ ਸਮਾਜ ਦੇ ਵਿੱਚ ਰਵੀਦਾਸ ਜੀ ਦੇ ਛੋਟੇ ਸੀ ਬੱਚੇ ਜਿਹੜੇ ਬੱਚਾ ਛੋਟਾ ਹੁੰਦਾ ਉਹਨੂੰ ਕੀ ਪਤਾ ਮੈਂ ਕਿਹੜੀ ਜਾਤ ਵਿੱਚ ਜੰਮਿਆ ਮੈਂ ਉੱਚੀ ਜਾਤ ਅਖੌਤੀ ਉੱਚੀ ਜਾਤ ਵਿੱਚ ਹੈਗਾ ਜਾਂ ਅਖੌਤੀ ਨੀਵੀਂ ਜਾਤ ਵਿੱਚ ਹੈਗਾ ਅਸੀਂ ਤੇ ਸਾਰੇ ਰੱਬ ਦੇ ਬਣਾਏ ਬੰਦੇ ਆ ਸਾਰੇ ਬਰਾਬਰ ਹੈਗੇ ਆ ਪਰ ਕੁਝ ਮੂਰਖ ਲੋਕਾਂ ਨੇ ਅਗਿਆਨੀ ਲੋਕਾਂ ਨੇ ਜਾਤ ਪਾਦੀਆਂ ਵੰਡੀਆਂ ਬਣਾਈਆਂ ਹੋਈਆਂ ਨੇ ਸੋ ਰਵੀਦਾਸ ਜੀ ਨੇ ਮਹਿਸੂਸ ਕੀਤਾ ਕਿ ਨੀਵੀਂ ਜਾਤ ਵਿੱਚ ਜਨਮੇ ਬੱਚੇ ਨਾਲ ਸਮਾਜ ਵੱਲੋਂ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ not treated well ਚੰਗਾ ਵਿਹਾਰ ਨਹੀਂ ਕੀਤਾ ਜਾਂਦਾ ਉਹਦੇ ਨਾਲ ਠੀਕ ਹੈ ਉਹਨਾਂ ਨੇ ਇਹ ਗੱਲ ਮਹਿਸੂਸ ਕਰ ਲਈ ਇਸੇ ਕਰਕੇ ਉਹਨਾਂ ਦੇ ਮਨ ਤੇ ਇਸ ਗੱਲ ਦਾ ਬੜਾ ਮਾੜਾ ਪ੍ਰਭਾਵ ਪਿਆ ਡੂੰਗਾ ਪ੍ਰਭਾਵ ਪਿਆ ਤੇ ਉਹਨਾਂ ਦਾ ਜਿਹੜਾ ਤਜਰਬਾ ਸੀ ਸਕੂਲ ਦੇ ਵਿੱਚ ਉਹ ਬੜਾ ਦੁਖਦਾਈ ਸੀਗਾ ਅਤੇ ਬੇਸਵਾਦਾ ਸੀਗਾ ਥੋੜੇ ਚਿਰਾਂ ਸੇਗਾ ਤੇ ਅਪਾਕਾ ਸੀਗਾ ਠੀਕ ਹੈ ਫਿਰ ਕਹਿੰਦੇ ਇਨ ਸੱਚ ਐਨ ਅਨਫ੍ਰੈਂਡਲੀ ਫ੍ਰੈਂਡਲੀ ਮੈਨੇ ਦੋਸਤਾਨਾ ਅਨਫ੍ਰੈਂਡਲੀ ਮੈਨੇ ਬੇਗਾਨਿਆਂ ਵਾਲਾ ਕਿ ਕੋਈ ਉਹਨਾਂ ਨਾਲ ਗੱਲ ਹੀ ਨਹੀਂ ਕਰਦਾ ਛੂਹਾਛਾਤ ਕਰਦੇ ਨੇ ਕਿ ਇਹ ਤੂੰ ਨੀਂਦੀ ਜਾਦਾਂ ਪਰੇ ਹੋ ਗੱਲ ਨਾ ਕਰ ਛੱਡਨਾ ਇਦਾਂ ਕਰਦੇ ਹੋਣਗੇ ਸੋ ਇਨ ਸੱਚ ਐਨ ਅਨਫ੍ਰੈਂਡਲੀ ਐਟਮੋਸਫੀਅਰ ਅਰਥਾਤ ਇਹੋ ਜੇ ਬੇਗਾਨਗੀ ਵਾਲੇ ਵਾਤਾਵਰਣ ਵਿੱਚ ਲिटल ਰਵੀਦਾਸ ਬੱਚਾ ਰਵੀਦਾਸ ਕੁਡ ਨਾਟ ਪੁੱਟ ਹਿਸ ਹਾਰਟ ਇਨਟੂ ਸਟੱਡੀਜ਼ ਉਹ ਆਪਣਾ ਮਨ ਪੜ੍ਹਾਈ ਵਿੱਚ ਨਾ ਲਾ ਸਕਿਆ ਸੋ ਇਹੋ ਜੇ ਬੇਗਾਨਗੀ ਵਾਲੇ ਵਾਤਾਵਰਣ ਵਿੱਚ ਬੱਚਾ ਰਵੀਦਾਸ ਪੜ੍ਹਾਈ ਵਿੱਚ ਆਪਣਾ ਮਨ ਨਾ ਲਾ ਸਕਿਆ ਹੁਣ ਬੱਚੇ ਇਦਾਂ ਹੈਗਾ ਜੇ ਆ ਸਾਰੇ ਬੰਦੇ ਚੰਦੇ ਰਣਗੇ ਤੂੰ ਛੋਟੀ ਜਹਾਦ ਹੈ ਤੂੰ ਇਦਾਂ ਹੈ ਤੂੰ ਇਦਾਂ ਹੈ ਹਨਾ ਤੂੰ ਪਰੇ ਰਹਿ ਸਾਡਾ ਨਾਲ ਗੱਲ ਨਾ ਕਰ ਸਾਡੀ ਚੀਜ਼ ਨੂੰ ਹੱਥ ਨਾ ਲਾ ਇਥੋਂ ਪਾਣੀ ਨਾ ਪੀ ਤੇ ਉਹ ਬੱਚਾ ਹੋਵੇ ਪੜ੍ਹਾਈ ਕਿਵੇਂ ਕਰੇਗਾ ਠੀਕ ਹੈ ਫਿਰ ਕਹਿੰਦੇ ਆਫਨ ਆਫਨ ਮਨੇ ਆਮ ਹੀ ਹੀ ਵੁਡ ਸਿਟ ਅਲੋਨ ਉਹ ਇਕੱਲੇ ਬੈਠਦੇ ਐਂਡ ਥਿੰਕ ਸੋਚਦੇ ਡੀਪਲੀ ਬੜੀ ਡੂੰਘਾਈ ਦੇ ਨਾਲ ਅਰਥਾਤ ਆਮ ਹੀ ਉਹ ਇਕੱਲੇ ਬੈਠਦੇ ਉਹ ਕਿਤੋਂ ਵੀ ਦਾ ਸੀ ਅਤੇ ਡੂੰਗੀਆਂ ਸੋਚਾਂ ਸੋਚਦੇ ਜਦੋਂ ਸਕੂਲ ਵਿੱਚ ਸੀਗੇ ਫਿਰ ਕਹਿੰਦੇ ਇਟ ਊਡ ਦੈਨ ਅਪੀਅਰ ਉਦੋਂ ਈਵੇਂ ਜਾਪਦਾ ਸੀ ਐਜ਼ ਇਫ ਜਿਵੇਂ ਕਿ ਹੀ ਵਾਰ ਇਨ ਡੀਪਸ ਮਾਦੀ ਜਿਵੇਂ ਕਿ ਉਹ ਕਿਸੇ ਡੂੰਗੀ ਸਮਾਦੀ ਵਿੱਚ ਲੀਨ ਹੋਣ ਤਦੋਂ ਈਵੇਂ ਜਾਪਦਾ ਜਿਵੇਂ ਉਹ ਡੂੰਗੀ ਸਮਾਦੀ ਵਿੱਚ ਹੋਣ ਇਸ ਢੰਗ ਦੇ ਨਾਲ ਉਹ ਇਕੱਲੇ ਬੈਠ ਕੇ ਡੂੰਗੀਆਂ ਵਿਚਾਰਾ ਕਰਦੇ ਸੀ his teacher ਉਹਨਾਂ ਦੇ ਉਸਤਾਦ ਨੇ ਨੋਟਿਸ ਮੈਨੇ ਗੌਰ ਕਰਨਾ ਨੋਟਿਸ ਮੈਨੇ ਗੌਰ ਕੀਤਾ his teacher noticed ਉਹਨਾਂ ਦੇ ਉਸਤਾਦ ਨੇ ਗੌਰ ਕੀਤਾ that ke ravi das was no ordinary child ordinary ਹੁੰਦਾ ਸਧਾਰਨ ਆਮ ਚਾਈਲਡ ਬੱਚਾ ਉਹਨਾਂ ਦੇ ਉਸਤਾਦ ਨੇ ਗੌਰ ਕੀਤਾ ਕਿ ਉਹ ਕੋਈ ਸਧਾਰਨ ਬੱਚਾ ਨਹੀਂ ਸੀ ਹੁਣ ਟੀਚਰ ਤਜਰਬਾ ਹੁੰਦਾ ਨੂੰ ਉਹ ਭਾਂਤ ਭਾਂ ਦੇ ਬੱਚਾ ਨਾ ਮਿਲਦੇ ਨੇ ਹਨਾ ਉਹਨਾਂ ਨੇ ਆਪਣੀ ਉਮਰ ਵਿੱਚ ਬੱਚੇ ਕਿੰਨੇ ਬੱਚੇ ਉਹਨਾਂ ਕੋ ਆਏ ਹੁੰਦੇ ਨੇ ਕਲਾਸਾਂ 'ਚ ਨਵੇਂ ਦਾਖਲੇ ਹੁੰਦੇ ਨੇ ਹਰ ਸਾਲ ਫਿਰ ਉਹ ਡੀ ਕਲਾਸਾਂ ਚੱਲ ਜਾਂਦੇ ਨੇ ਫਿਰ ਬੱਚੇ ਸਕੂਲ ਪੂਰਾ ਕਰਦੇ ਫਿਰ ਨਵੇਂ ਬੱਚੇ ਆਉਂਦੇ ਨੇ ਤੇ ਕਈ ਜਿਹੜੇ ਉਸਤਾਦ ਹੁੰਦੇ ਨੇ ਬੜੇ ਸਿਆਣੇ ਹੁੰਦੇ ਨੇ ਉਹ ਬੱਚਿਆਂ ਨੂੰ ਦੇਖ ਕੇ ਕਈ ਗੱਲਾਂ ਪਾਪ ਲੈਂਦੇ ਨੇ ਸੋ ਉਹਨਾਂ ਦੇ ਉਸਤਾਦ ਨੇ ਗੌਰ ਕੀਤਾ ਕਿ ਉਹ ਕੋਈ ਸਧਾਰਨ ਬੱਚਾ ਨਹੀਂ ਸੀ ਹੀ ਵਾਸ ਸਰਟਨਲੀ ਸਰਟਨਲੀ ਮੈਨੇ ਯਕੀਨੀ ਤੌਰ ਤੇ ਯਕੀਨਨ ਡੈਸਟਾਈਨਡ ਮੈਨੇ ਬਣੇ ਸੀ ਇਸ ਕੰਮ ਲਈ ਫਾਰ ਸਮ ਹਾਇਰ ਪਰਪਸ ਹਾਇਰ ਮੈਨੇ ਉੱਚਾ ਪਰਪਸ ਮੈਨੇ ਮਕਸਦ ਇਨ ਲਾਈਫ ਮੁਲੇ ਸਿਰਫ ਜਿੱਦਾਂ ਆਮੰਦਾ ਕਹਿੰਦਾ ਵੀ ਮੈਂ ਚਲੋ ਇਹ ਨੌਕਰੀ ਕਰ ਲਵਾਂ ਵਪਾਰ ਕਰ ਲਵਾਂ ਪੈਸੇ ਕਮਾ ਕੇ ਘਰ ਬਣਾ ਲਵਾਂ ਤੇ ਬੰਦਾ ਆਮ ਤੇ ਬੰਦਾ ਇਦਾਂ ਹੀ ਸੋਚਦਾ ਹੈ ਕਿ ਮੈਂ ਰੋਟੀ ਖਾਣੀ ਹੈ ਢੱਡ ਭਰਨਾ ਹੈ ਕੱਪੜੇ ਚਾਹੀਦੇ ਨੇ ਮੈਨੂੰ ਇਹ ਚਾਹੀਦਾ ਮੈਨੂੰ ਉਹ ਚਾਹੀਦਾ ਪਰ ਜਿਹੜੇ ਮਹਾਪੁਰਸ਼ ਹੁੰਦੇ ਨੇ ਉਹ ਇਦਾਂ ਨਹੀਂ ਸੋਚਦੇ ਸੋ ਕਹਿੰਦੇ ਉਹ ਯਕੀਨਨ ਜ਼ਿੰਦਗੀ ਵਿੱਚ ਕਿਸੇ ਮਹਾਨ ਮਕਸਦ ਲਈ ਆਇਆ ਸੀ ਇਹ ਗੱਲ ਉਹਨਾਂ ਦੇ ਉਸਤਾਦ ਨੇ ਮਹਿਸੂਸ ਕੀਤੀ ਫਿਰ ਰਵੀਦਾਸ ਹੈਡ نو ਇੰਟਰਸਟ ਇਨ ਮਟੀਰੀਅਲ ਥਿੰਗਸ ਮਟੀਰੀਅਲ ਥਿੰਗਸ ਦੇ ਵਿੱਚ ਪਦਾਰਥ ਦੁਨਿਆਵੀ ਪਦਾਰਥ ਠੋਸ ਚੀਜ਼ਾਂ ਜਿਦਾਂ ਅਸੀਂ ਜਿਦਾਂ ਛੋਟਾ ਬੱਚਾ ਹੈਗਾ ਉਹਨੂੰ ਖਾਣ ਪੀਣ ਦਾ ਲਾਲਸਾ ਹੁੰਦੀ ਹੈ ਜਾਂ ਖਡੌਣਿਆਂ ਦੀ ਹੁੰਦੀ ਹੈ ਅਸੀਂ ਜਦੋਂ ਥੋੜੇ ਵੱਡੇ ਹੋ ਜਾਂਦੇ ਹਾਂ ਫਿਰ ਸਾਨੂੰ ਗੱਡੀਆਂ ਦੀ ਲਾਲਸਾ ਹੋ ਜਾਂਦੀ ਹੈ ਮੋਟਰਸਾਈਕਲ ਦੀ ਪੈਸਿਆਂ ਦੀ ਕੱਪੜਿਆਂ ਦੀ ਇਹਨਾਂ ਚੀਜ਼ਾਂ ਦੀ ਪਰ ਕਹਿੰਦੇ ਰਵੀਦਾਸ ਜੀ ਨੂੰ ਇਹਨਾਂ ਦੁਨੀਆਵੀ ਪਦਾਰਥਾਂ ਵਿੱਚ ਕੋਈ ਰੁਚੀ ਨਹੀਂ ਸੀ ਇੰਟਰਸਟਮੈਂਟ ਅੰਦਰ ਰੁਚੀ ਹੀ ਵਾਸ ਇੰਟਰਸਟਿਡ ਉਹਨਾਂ ਦੀ ਰੁਚੀ ਸੀ ਕਿਹਦੇ ਵਿੱਚ ਇਨ ਮੈਟਰਸ ਮਸਲੇ ਰਿਲੇਟਿਡ ਸੰਬੰਧਿਤ ਟੂ ਦਾ ਸਪਿਰਿਟ ਆਤਮਾ ਦੇ ਨਾਲ ਸੰਬੰਧਿਤ ਉਹ ਆਤਮਾ ਨਾਲ ਸੰਬੰਧਤ ਮਸਲਿਆਂ ਵਿੱਚ ਰੁਚੀ ਰੱਖਦੇ ਸਨ ਉਹਨਾਂ ਦਾ ਧਿਆਨ ਉਸ ਪਾਸੇ ਸੀਗਾ ਜਿਹਨੂੰ ਅਸੀਂ ਕਹਿੰਦੇ ਅਗਮ ਅਗੋਚਰ ਜੋ ਜੋ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਜਿਹੜੀਆਂ ਉਹ ਸ੍ਰਿਸ਼ਟੀ ਬਾਰੇ ਸ੍ਰਿਸ਼ਟੀ ਦੇ ਕਰਤੇ ਬਾਰੇ ਆਤਮਾ ਬਾਰੇ ਕਿ ਮਨੁੱਖਾ ਜੀਵਨ ਕੀ ਹੈਗਾ ਇਹਦਾ ਕੀ ਮਕਸਦ ਹੈਗਾ ਅਸੀਂ ਕਿਉਂ ਇੱਥੇ ਜਨਮ ਲਿਆ ਸੋ ਇਹਦੇ ਬਾਰੇ ਉਹ ਸੋਚਦੇ ਹੁੰਦੇ ਸੀ ਫੇ ਕਹਿੰਦੇ ਹੀ ਵਾਂਟਿਡ ਉਹ ਚਾਹੁੰਦੇ ਸੀ ਟੂ ਗੇਨ ਹਾਸਲ ਕਰਨਾ ਪ੍ਰਾਪਤ ਕਰਨਾ ਸਪਿਰਚੁਅਲ ਸਪਿਰਿਟ ਹੁੰਦਾ ਬੱਚਿਓ ਆਤਮਾ ਤੇ ਸਪਿਰਿਟ ਤੋਂ ਸ਼ਬਦ ਬਣਿਆ ਹੈ ਸਪਿਰਚੁਅਲ ਸਪਿਰਿਟ ਅਗਾ ਨਾਉਨ ਸਪਿਰਚੁਅਲ ਅਗਾ ਐਡਜੈਕਟਿਵ ਵਿਸ਼ੇਸ਼ਣ ਸੋ ਸਪਿਰਿਟ ਮਨੇ ਆਤਮਾ ਸਪਿਰਚੁਅਲ ਮਨੇ ਆਤਮਿਕ ਬਸ ਦੇਖੋ ਬੱਚਿਓ ਇਦਾਂ ਦੇਖੋ ਜਿਹੜੀ ਲੈਂਗੁਏਜ ਹੈ ਨਾ ਇਦਾਂ ਸਿੱਖੀ ਦੀ ਇੱਕ ਸ਼ਬਦ ਤੋਂ ਕਈ ਸ਼ਬਦ ਬਣ ਰਹੇ ਨੇ ਇੱਕ ਸ਼ਬਦ ਤੋਂ ਪਹਿਲੇ ਨਾਉਨ ਸਿੱਖੋ ਨਾਉਨ ਤੋਂ ਫਿਰ ਐਡਜੈਕਟਿਵ ਸਿੱਖ ਲਓ ਫਿਰ ਐਡਵਰਬ ਸਿੱਖ ਲਵੋ ਹਨਾ ਫਿਰ ਉਹਦੇ ਫਰੇਜ਼ੀ ਸਿੱਖ ਲਵੋ ਸੋ ਇਸ ਤਰ੍ਹਾਂ ਤੁਹਾਨੂੰ ਸ਼ਬਦਾਂ ਦੇ ਭੰਡਾਰ ਵਿੱਚ ਵਾਧਾ ਕਰਨ 'ਚ ਸ਼ੌਕ ਹੋਏਗੀ ਇਹ ਮੈਂ ਗੱਲਾਂ ਤੁਹਾਨੂੰ ਵਿੱਚ ਵਿੱਚ ਦੱਸਦਾ ਰਹਿਣਾ ਸੋ ਸਪਿਰਿਟ ਮੈਨੇ ਆਤਮਾ ਸਪਿਰਚੁਅਲ ਮੈਨੇ ਆਤਮਿਕ ਨੋਲਜ ਮੈਨੇ ਗਿਆਨ ਸੋ ਇਹ ਕੀ ਮਤਲਬ ਬਣ ਗਿਆ ਇਹਦਾ ਉਹ ਆਤਮਿਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਸਨ ਠੀਕ ਹੈ ਫਿਰ ਅੱਗੇ ਆ ਗਿਆ ਹੀ ਵਾਸ ਇਨ ਸਰਚ ਇਨ ਸਰਚ ਮੈਨੇ ਭਾਲ ਵਿੱਚ ਲਭਤ ਵਿੱਚ ਉਹ ਲੱਭ ਰਹੇ ਸੀ ਭਾਲ ਵਿੱਚ ਸੀਗੇ ਕਿਹਦੀ ਆਫ ਸਮ ਕਿਸੇ ਸਪਿਰਚੁਅਲ ਅਧਿਆਤਮਿਕ ਆਤਮਿਕ ਟੀਚਰ ਉਸਤਾਦ ਹੂ ਕੁਡ ਸ਼ੋ ਜੋ ਉਹਨਾਂ ਨੂੰ ਦਿਖਾ ਸਕੇ ਹਿਮ ਮਲੀ ਉਹਨਾਂ ਨੂੰ ਦੀ ਰਾਈਟ ਪਾਥ ਸਹੀ ਰਸਤਾ ਪਾਥ ਮਨੇ ਰਸਤਾ ਸੋ ਇਹਦਾ ਮਤਲਬ ਕੀ ਹੋਇਆ ਉਹ ਕਿਸੇ ਅਧਿਆਤਮਿਕ ਗੁਰੂ ਦੀ ਭਾਲ ਵਿੱਚ ਸਨ ਹੀ ਵਾਸ ਇਨ ਸਰਚ ਆਫ ਸਮ ਸਪਿਰਚੁਅਲ ਟੀਚਰ ਉਹ ਕਿਸੇ ਅਧਿਆਤਮਿਕ ਗੁਰੂ ਦੀ ਭਾਲ ਵਿੱਚ ਸਨ ਹੂ ਕੁਡ ਸ਼ੋ ਹਿਮ ਜੋ ਉਹਨਾਂ ਨੂੰ ਸਹੀ ਰਸਤਾ ਦਿਖਾਏ ਜੋ ਉਹਨਾਂ ਨੂੰ ਰਾਈਟ ਪਾਥ ਸਹੀ ਰਸਤਾ ਦਿਖਾਏ ਸੂਨ ਛੇਤੀ ਹੀ ਹੀ ਫਾਊਂਡ ਹਿਮਸੈਲਫ ਉਹਨਾਂ ਨੇ ਆਪਣੇ ਆਪ ਨੂੰ ਪਾਇਆ ਕਿੱਥੇ ਐਟ ਦੀ ਹੀਟ ਸ਼ਰਨ ਵਿੱਚ ਉਹਨਾਂ ਦੇ ਚਰਨਾਂ ਵਿੱਚ ਕਿਹਨਾਂ ਦੇ ਚਰਨਾਂ ਵਿੱਚ Swami Ramanand ji ਦੇ who took him ਜਿਨ੍ਹਾਂ ਨੇ ਉਹਨੂੰ ਉਹਨੂੰ ਕਬੂਲ ਕਰ ਲਿਆ ਲੈ ਲਿਆ ਐਜ਼ ਹਿਸ ਆਪਣੇ ਤੌਰ ਤੇ ਕਿਹਾ ਡਿਸਿਪਲ ਡਿਸਿਪਲ ਹੁੰਦਾ ਡਿਸਿਪਲ ਹੁੰਦਾ ਬੱਚਿਓ ਸ਼ੇਸ਼ਾ ਸ਼ਾਗਿਰਦ ਮੁਰੀਦ ਚੇਲਾ ਠੀਕ ਹੈ ਇਹਨੂੰ ਕਹਿੰਦੇ ਡਿਸਿਪਲ ਸੋ ਛੇਤੀ ਹੀ ਉਹਨਾਂ ਨੇ ਆਪਣੇ ਆਪ ਨੂੰ ਸਵਾਮੀ ਰਾਮਾਨੰਦ ਜੀ ਦੀ ਸ਼ਰਨ ਵਿੱਚ ਪਾਇਆ ਸੂਨ ਹੀ ਫਾਊਂਡ ਹਿਮਸੈਲਫ ਐਟ ਦੀ ਫੀਟ ਆਫ ਸਵਾਮੀ ਰਾਮਾਨੰਦ ਹੂ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਨੂੰ ਉਹਨੇ ਰਵਿਦਾਸ ਜੀ ਨੂੰ ਆਪਣਾ ਮੁਰੀਦ ਬਣਾ ਲਿਆ ਟੁਕ ਹਿਮ ਐਜ਼ ਹਿਸ ਡਿਸਿਪਲ 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 ਤੋਂ ਬੱਚਾ ਬਣਿਆ ਡਿਸਿਪਲਨ ਡਿਸਿਪਲਨ ਹੁੰਦਾ ਬੱਚਿਓ ਅਨੁਸ਼ਾਸਨ ਸੋ ਡਿਸਿਪਲ ਕੀ ਹੋ ਗਿਆ ਜਿਹੜਾ ਅਨੁਸ਼ਾਸਨ ਵਿੱਚ ਰਹਿਣਾ ਸਿੱਖੇ ਕਿਉਂਕਿ ਜਦੋਂ ਬੱਚੇ ਅਸੀਂ ਡਿਸਿਪਲ ਬੰਦੇ ਆ ਜਦੋਂ ਦੇ ਸ਼ਿਸ਼ ਬਣਦੇ ਆ ਮੁਰੀਦ ਬਣਦੇ ਆ ਚੇਲੇ ਬਣਦੇ ਆ ਸ਼ਾਗਿਰਦ ਬੰਦੇ ਆ ਤੇ ਫਿਰ ਅਸੀਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਅਸੀਂ ਜਿਹੜੇ ਚੇਲੇ ਬਣਦੇ ਆ ਜਿਹਦੇ ਸਿੱਖ ਬਣਦੇ ਆ ਜਿਹਦੇ ਅਸੀਂ ਸਟੂਡੈਂਟ ਬੰਦੇ ਆ ਜਿਹਦੇ ਅਸੀਂ ਵਿਦਿਆਰਥੀ ਬਣਦੇ ਆ ਜਿਹਦੇ ਅਸੀਂ ਮੁਰੀਦ ਬਣਦੇ ਆਂ, ਸ਼ਾਗਿਰਦ ਬਣਦੇ ਆਂ, ਫਿਰ ਉਹ ਸਾਡਾ ਉਸਤਾਦ, ਸਾਡਾ ਗੁਰੂ ਸਾਨੂੰ ਕਹਿੰਦਾ ਹੁਣ ਇਦਾਂ ਕਰਨਾ ਹੈ ਤੇ ਇਦਾਂ ਨਹੀਂ ਕਰਨਾ। ਤੇ ਫਿਰ ਅਸੀਂ ਉਹਦੇ ਹਿਸਾਬ ਦੇ ਨਾਲ ਚੱਲਦੇ ਆਂ। ਕਿਉਂਕਿ ਹੁੰਦਾ ਅਨੁਸ਼ਾਸਨ ਬਣ ਗਿਆ, ਅਨੁਸ਼ਾਸਨ ਇਹੀ ਹੁੰਦਾ ਨਾ ਇਹ ਕਰਨਾ ਹੈ ਤੇ ਇਹ ਨਹੀਂ ਕਰਨਾ। ਸੋ ਡਿਸਿਪਲ ਦਾ ਮਤਲਬ ਹੁੰਦਾ ਬੱਚਿਓ ਜੋ ਕਿਸੇ ਅਨੁਸ਼ਾਸਨ ਦੇ ਅਧੀਨ ਆ ਜਾਂਦਾ ਹੈ। ਅਰਥਾਤ ਜੋ ਸ਼ਿਸ਼ ਬਣ ਜਾਂਦਾ ਹੈ, ਜੋ ਮੁਰੀਦ ਬਣ ਜਾਂਦਾ ਹੈ, ਸ਼ਾਗਿਰਦ ਬਣ ਜਾਂਦਾ ਹੈ। ਠੀਕ ਹੈ? ਅੱਗੇ ਚਲੀਏ। ਫਿਰ ਕਹਿੰਦੇ ਰਵੀਦਾਸ ਸਟੇਡ ਸਟੇ ਮੈਨੇ ਠਹਿਰਨਾ ਸਟੇਡ ਮੈਨੇ ਠਹਰੇ ਰਹੇ ਵਿਦਆ ਸੁਆਮੀ ਸੁਆਮੀ ਜੀ ਦੇ ਨਾਲ ਫਾਰ ਅ ਫਿਊ ਮੰਥਸ ਕੁਝ ਮਹੀਨੇ ਲਈ ਰਵੀਦਾਸ ਜੀ ਸੁਆਮੀ ਜੀ ਕੋਲ ਕੁਝ ਮਹੀਨੇ ਰਹੇ ਨਾਓ ਹੁਣ ਥੇਅਰ ਵਾਸ ਅ ਕੰਪਲੀਟ ਚੇਂਜ ਮੁਕਮਲ ਤਬਦੀਲੀ ਕੰਪਲੀਟ ਮੈਨੇ ਮੁਕਮਲ ਪੂਰਨ ਚੇਂਜ ਮੈਨੇ ਤਬਦੀਲੀ ਬਦਲਾ ਇਨ ਹਿਸ ਲਾਈਫ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਜੀਵਨ ਵਿੱਚ ਹੁਣ ਉਹਨਾਂ ਦੇ ਜੀਵਨ ਵਿੱਚ ਇੱਕ ਮੁਕੰਮਲ ਤਬਦੀਲੀ ਸੀ ਫਿਰ ਕਹਿੰਦੇ Swami Ramanand Swami Ramanand ji de ਠੀਕ ਹੈ ਇਹ ਦੇਖੋ ਏ ਪੌਸਟ੍ਰੋਫੀ ਇਹਦਾ ਮਤਲਬ ਦਾ ਦੇਦੀ ਜਿਹੜਾ ਸ਼ਬਦ ਹੋਏਗਾ ਇੱਥੇ ਉਹਦੇ ਨਾਲ ਜਿਹੜਾ ਲੱਗ ਜੇ ਤੇਦਾਂ ਲੱਗੀ ਉਹਦਾ ਦਾ ਦੇਦੀ ਸੋ Swami Ramanand ji de ਸਰਮਨ ਹੁੰਦਾ ਬੱਚਿਓ ਉਪਦੇਸ਼ ਸਰਮਨਸ ਹੋ ਗਿਆ ਬਹੁਵਚਨ ਉਪਦੇਸ਼ ਦਾ ਪੰਜਾਬੀ ਵਿੱਚ ਇੱਕ ਵਚਨ ਵੀ ਉਪਦੇਸ਼ ਹੈ ਤੇ ਬਹੁਵਚਨ ਵਿਪਦੇਸ਼ੇ ਉਹ ਜਿਹੜੇ ਵਾਕ ਅਸੀਂ ਪੜ੍ਹਦੇ ਆਂ ਤੇ ਵਾਕ ਪੜ੍ਹਨ ਤੋਂ ਪਤਾ ਲੱਗ ਜਾਂਦਾ ਹੈ ਕਿ ਉਪਦੇਸ਼ ਇਕਵਚਨ ਵਿੱਚ ਵਰਤਿਆ ਗਿਆ ਜਾਂ ਬਹੁਵਚਨ ਵਿੱਚ ਵਰਤਿਆ ਗਿਆ ਠੀਕ ਹੈ ਸੋ ਸਵਾਮੀ ਰਾਮਾਨੰਦ ਸਰਮੰਸ ਲੈਫਟ ਛੱਡਿਆ ਅ ਗ੍ਰੇਟ ਡੂੰਗਾ ਵੱਡਾ ਮਹਾਨ ਇਮਪ੍ਰੈਸ਼ਨ ਹੁੰਦਾ ਹੈ ਪ੍ਰਭਾਵ ਅਸਰ ਔਨ ਹਿਸ ਯੰਗ ਮਾਈਂਡ ਕੱਚੇ ਮਨ ਦੇ ਉੱਤੇ ਹਲੇ ਉਹਨਾਂ ਦਾ ਜਵਾਨ ਮਨ ਸੀ ਹਲੇ ਘੜਿਆ ਨਹੀਂ ਹੋਇਆ ਸੀ ਸੋ ਕਹਿੰਦੇ ਸਵਾਮੀ ਰਾਮਾਨੰਦ ਜੀ ਦੇ ਉਪਦੇਸ਼ਾਂ ਨੇ ਉਹਨਾਂ ਦੇ ਕੱਚੇ ਮਨ ਉੱਤੇ ਡੂੰਘਾ ਪ੍ਰਭਾਵ ਛੱਡਿਆ ਥਰੂ ðiਸ ਸਰਮਨਸ ਇਹਨਾਂ ਉਪਦੇਸ਼ਾਂ ਰਾਹੀਂ ਹੀ ਕੇਮ ਟੂ ਅੰਡਰਸਟੈਂਡ ਉਹਨਾਂ ਨੂੰ ਸਮਝ ਪਈ ði ਟਰੂ ਮੀਨਿੰਗ ਆਫ ਲਾਈਫ ਜ਼ਿੰਦਗੀ ਦੇ ਅਸਲ ਮਕਸਦ ਬਾਰੇ ਅਸਲੀ ਮਤਲਬ ਬਾਰੇ ਇਹਨਾਂ ਉਪਦੇਸ਼ਾਂ ਰਾਹੀਂ ਉਹਨਾਂ ਨੇ ਜੀਵਨ ਦੇ ਅਸਲ ਮਤਲਬ ਨੂੰ ਸਮਝਿਆ ਠੀਕ ਹੈ ਆਓ ਅੱਗੇ ਚੱਲੀਏ ਹੀ ਕੇਮ ਟੂ ਨੋ ਉਹਨਾਂ ਨੇ ਇਹ ਗੱਲ ਪ੍ਰਾਪਤ ਕੀਤੀ ਇਹ ਗੱਲ ਦਾ ਪਤਾ ਲਗਾਇਆ ਕਾ ਦਾ ਆਫ ਦਾ ਐਂਸ਼ੀਅੰਟ ਐਂਸ਼ੀਅੰਟ ਹੁੰਦਾ ਬੱਚੋ ਪੁਰਾਤਨ ਬਹੁਤ ਪੁਰਾਣਾ ਉਹਨੂੰ ਕਹਿੰਦੇ ਐਂਸ਼ੀਅੰਟ ਇੰਡੀਅਨ ਭਾਰਤੀ ਵਿਜ਼ਡਮ ਮੈਨੇ ਗਿਆਨ ਐਂਡ ਕਲਚਰ ਸਭਿਆਚਾਰ ਕਲਚਰ ਨੂੰ ਕਹਿੰਦੇ ਸਭਿਆਚਾਰ ਉਹਨਾਂ ਨੂੰ ਭਾਰਤ ਦੇ ਪੁਰਾਤਨ ਗਿਆਨ ਅਤੇ ਸਭਿਆਚਾਰ ਬਾਰੇ ਪਤਾ ਲੱਗਿਆ ਜਦੋਂ ਹੁਣ ਪੜੋਗੇ ਤੇ ਪੜਾਈ ਵਿੱਚ ਇਤਿਹਾਸ ਵੀ ਪੜਾਇਆ ਜਾਂਦਾ ਪੁਰਾਣੀਆਂ ਗੱਲਾਂ ਵੀ ਦੱਸੀਆਂ ਜਾਂਦੀਆਂ ਤੇ ਮੌਜੂਦਾ ਗੱਲਾਂ ਵੀ ਦੱਸੀਆਂ ਜਾਂਦੀਆਂ ਤੇ ਉਹ ਜਿਲੇ ਰਾਮਨੰਦ ਸਿੰਘ ਕੋਲ ਨੇ ਸਟੱਡੀ ਕੀਤੇ ਤੇ ਉਹਨਾਂ ਨੂੰ ਕਾਫੀ ਗੱਲਾਂ ਦਾ ਪਤਾ ਲੱਗਿਆ ਦੀ ਫੀਲਡ ਵਾਸ ਰੈਡੀ ਖੇਤ ਹੁਣ ਤਿਆਰ ਸੀ ਖੇਤ ਤਿਆਰ ਸੀ ਦੀ ਸੀਡ ਵਾਸ ਸੋਨ ਸੀਡ ਮੈਨੇ ਬੀਜ ਸੋ ਮੈਨੇ ਹੁੰਦਾ ਬੀਜਣਾ ਸੋ ਸੋ ਸੋਨ ਸੋ ਵਾਸ ਸੋਨ ਮੈਨੇ ਬੀਜ ਬੀਜ ਦਿੱਤਾ ਗਿਆ ਸੀ ਹੁਣ ਬੀਜ ਪੈ ਗਿਆ ਸੀਗਾ ਕਿਉਂਕਿ ਉਹ ਉਹਨਾਂ ਦੇ ਮਨ ਚ ਪਹਿਲਾਂ ਹੀ ਤੜਪ ਸੀ ਭਗਤ ਰਵਿਦਾਸ ਜੀ ਸਕੂਲ ਵਿੱਚ ਹੀ ਸਮਾਧੀ ਲਾ ਕੇ ਬੈ ਜਾਂਦੇ ਸੀ ਦੁਨੀਆ ਵਿਚਾਰਾਂ ਕਰਦੇ ਸੀ ਮਨ ਵਿੱਚ ਇੱਕ ਤੜਪ ਸੀ ਪਹਿਲਾਂ ਹੀ ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੇ ਨਾਲ ਕੋਈ ਮੋਹ ਨਹੀਂ ਸੀਗਾ ਅਰਥਾਤ ਕਹਿੰਦੇ ਦਾ ਫੀਲਡ ਵਾਸ ਰੈਡੀ ਅਰਥਾਤ ਮੈਦਾਨ ਪਹਿਲਾਂ ਹੀ ਤਿਆਰ ਸੀ ਤੇ ਉਹਨਾਂ ਕੋਲ ਆ ਗਏ ਸੀਗੇ ਰਮਨ ਜੀ ਕੋਲ ਉਹਨਾਂ ਨੇ ਗਿਆਨ ਦਾ ਬੀਜ ਬੀਜ ਦਿੱਤਾ ਦਾ ਸੀਡ ਵਾਸ ਸੋਨ ਤੇ ਫਿਰ ਉਹਨਾਂ ਨੇ ਗੁਰੂ ਦੀ ਕਾਰ ਦੀ ਕਮਾਈ ਕੀਤੀ ਜਿੱਦਾਂ ਗੁਰੂ ਨੇ ਕਿਹਾ ਉਦਾਂ ਉਹਨਾਂ ਨੇ ਜੀਵਨ ਆਪਣਾ ਢਾਲਿਆ ਐਂਡ ਦੀ ਕ੍ਰੌਪ ਡਿਡ ਨਾਟ ਟੇਕ ਲੌਂਗ ਟੂ ਰਾਈਪਨ ਰਾਈਪਨ ਹੁੰਦਾ ਬੱਚੋ ਪੱਕਣਾ ਤੇ ਕ੍ਰੌਪ ਉਹਦੀ ਫਸਲ ਡਿਡ ਨਾਟ ਟੇਕ ਲੌਂਗ ਜਿਆਦਾ ਸਮਾਂ ਨਹੀਂ ਲਿਆ ਅਰਥਾਤ ਫਸਲ ਛੇਤੀ ਹੀ ਪੱਕ ਗਈ ਖੇਤ ਤਿਆਰ ਸੀ ਕਿਉਂਕਿ ਰਵਿਦਾਸ ਜੀ ਪਹਿਲਾਂ ਹੀ ਇਹੋ ਜੀ ਬਿਰਤੀ ਦੇ ਸੀਗੇ ਬਚਪਨ ਤੋਂ ਹੀ ਉਹਨਾਂ ਦੀ ਬਿਰਤੀ ਇਦਾਂ ਦੀ ਸੀਗੀ ਫਿਰ ਉਹ ਸਵਾਮੀ ਰਾਮਨੰਦਨ ਜੀ ਕੋਲ ਹੈ ਉਹਨਾਂ ਨੇ ਗਿਆਨ ਦਾ ਬੀਜ ਪਾਤਾ ਨਾਮ ਦਾ ਬੀਜ ਪਾਤਾ ਬੀਜ ਬੀਜਿਆ ਜਾ ਚੁੱਕਾ ਸੀ ਅਤੇ ਫਸਲ ਨੇ ਪੱਕਣ ਦਾ ਬਹੁਤਾ ਸਮਾਂ ਨਾ ਲਿਆ ਅਰਥਾਤ ਜੋ ਫਲ ਸੀ ਲੱਗਣੇ ਸ਼ੁਰੂ ਹੋ ਗਏ ਜੀਵਨ ਉਹਨਾਂ ਦਾ ਬੜਾ ਵਧੀਆ ਬਣ ਗਿਆ ਸੇ ਕਹਿੰਦੇ ਵੈੰਦੀ ਗੁਰੂ ਆਸ ਸੈਟੀਸਫਾਈਡ ਸੈਟੀਸਫਾਈ ਹੁੰਦਾ ਹੈ ਬੱਚਿਓ ਤਸੱਲੀ ਹੋਣੀ ਤੇ ਸੈਟੀਸਫਾਈਡ ਜਦ ਉਹਨਾਂ ਦੀ ਤਸੱਲੀ ਹੋ ਗਈ when the guru was satisfied ਜਦੋਂ ਗੁਰੂ ਨੂੰ ਤਸੱਲੀ ਹੋ ਗਈ that spiritual, kindled, kindled the spiritual ਆਤਮਿਕ ਫਲੇਮ ਮਨੇ ਲਾਟ ਜੋਤ ਹੈਡ ਬੀਨ ਕਿੰਡਲਡ ਕਿੰਡਲ ਹੁੰਦਾ ਬੱਚਿਓ ਅੱਗ ਬਾਲਣੀ ਜੋਤ ਜਗਾਉਣੀ ਕਿੰਡਲਡ ਮਨੇ ਜਗਾ ਦਿੱਤੀ ਜਾਗ ਚੁੱਕੀ ਸੀ ਜਗ ਚੁੱਕੀ ਸੀ ਪਰਮਨੈਂਟਲੀ ਮਨੇ ਪੂਰਨ ਤੌਰ ਤੇ ਪੱਕੇ ਤੌਰ ਤੇ ਪੱਕੇ ਪੈਰੀ ਠੀਕ ਹੈ ਹਮੇਸ਼ਾ ਵਾਸਤੇ ਹੀ ਆਸਕਡ ਉਹਨਾਂ ਨੇ ਕਿਹਾ ਰਵੀਦਾਸ ਜੀ ਨੂੰ ਰਵੀਦਾ 2 रिटर्न होम की अपने घर मुड़ जान एंड लिव द वे ही वांटेड टू लिव ਅਤੇ ਆਪਣੇ ਤੌਰ ਤੇ ਆਪਣੀ ਜ਼ਿੰਦਗੀ ਜੀਣ ਦਾ ਜਿੱਦਾਂ ਚਾਹਣ ਉਦਾਂ ਉਹ ਜੀਣ ਫੇ ਕਹਿੰਦੇ ਇਹਦਾ ਕੀ ਮਤਲਬ ਹੈ ਜਦੋਂ ਗੁਰੂ ਨੂੰ ਇਹ ਤਸੱਲੀ ਹੋ ਗਈ ਵੈਨਦੀ ਗੁਰੂ ਵਾਸ ਸੈਟੀਸਫਾਈਡ ਹੋ ਗਈ ਕਿ ਇੱਥੇ ਵਿੱਚ ਕੀ ਆਣਾ ਸੀਗਾ ਕੱਕੇ ਤੁਸੀਂ ਆਰੀ ਉਹ ਲਿਖ ਲਉ ਮੈਨ ਮਿਸ ਹੋ ਗਿਆ ਆਤਮਿਕ ਜੋਤ ਸਪਿਰਚੁਅਲ ਫਲੇਮ ਪੱਕੇ ਤੌਰ ਤੇ ਪਰਮਾਨੈਂਟਲੀ ਜਗ ਚੁੱਕੀ ਸੀ ਹੈਂਡ ਬੀਨ ਕਿੰਡਲਡ ਉਹਨਾਂ ਨੇ ਹੀ ਆਸ੍ਰੀ ਵਿਦਾਸ ਜੀ ਨੂੰ ਘਰ ਜਾਣ ਲਈ ਅਤੇ ਆਪਣੇ ਤੌਰ ਤੇ ਜ਼ਿੰਦਗੀ ਜੀਉਣ ਲਈ ਕਿਹਾ ਠੀਕ ਹੈ ਦੀ ਇਨਲਾਈਟਨਡ ਇਨਲਾਈਟਨਡ ਮੈਨੇ ਜੋ ਜਗ ਚੁੱਕਾ ਹੋਵੇ ਜੋ ਗਿਆਨਵਾਨ ਹੋ ਚੁੱਕਾ ਹੋਵੇ ਠੀਕ ਹੈ ਨਾ ਲਾਈਟ ਮੈਨੇ ਹੁੰਦਾ ਬੱਚਿਓ ਰੋਸ਼ਨੀ ਲਾਈਟਨ ਮੈਨੇ ਲਾਈਟਨਡ ਮੈਨੇ ਰੋਸ਼ਨੀ ਜਗਾਈ ਹੋਈ ਇਨਲਾਈਟਨਡ ਮੈਨੇ ਪ੍ਰਕਾਸ਼ਮਾਨ ਹੋ ਜਾਣਾ ਅਰਥਾਤ ਹਿਰਦੇ ਵਿੱਚ ਪ੍ਰਕਾਸ਼ ਦਾ ਹੋ ਜਾਣਾ ਭਰਮ ਦਾ ਦੂਰ ਹੋ ਜਾਣਾ ਅਗਿਆਨਤਾ ਦਾ ਦੂਰ ਹੋ ਜਾਣਾ ਉਸ ਅਵਸਥਾ ਵਾਲੇ ਬੰਦੇ ਨੂੰ ਕਹਿੰਦੇ ਆ ਇਨਲਾਈਟਨਡ ਕਹਿੰਦੇ ਦੀ ਇਨਲਾਈਟਨਡ ਡਿਸਿਪਲ ਉਹ ਜਿਹੜਾ ਹੁਣ ਗਿਆਨਵਾਨ ਹੋਏ ਸ਼ਾਗਿਰਦ ਦੀ ਇਨਲਾਈਟਨਡ ਡਿਸਿਪਲ ਡਿਸਿਪਲ ਮੈਨੇ ਸ਼ਾਗਿਰਦ ਮੁਰੀਦ ਚੇਲਾ ਸ਼ਿਸ਼ ਸੋ ਗਿਆਨਵਾਨ ਹੋਏ ਸ਼ਾਗਿਰਦ ਨੇ ਹੁਣੇ ਮਹਿਸੂਸ ਕੀਤਾ ਨਾਓ ਫੈਲਟ ਅਲਟਿਮੇਟਲੀ ਮਹਿਸੂਸ ਕੀਤਾ ਥੈਟ ਕਿ ਹੀ ਹੈਡ ਅ ਡਿਵਾਈਨ ਮਿਸ਼ਨ ਮਿਸ਼ਨ ਹੁੰਦਾ ਬੱਚੋ ਮਕਸਦ ਠੀਕ ਹੈ ਡਿਵਾਈਨ ਮਨੇ ਰੱਬੀ ਮਹਾਨ ਕੋਈ ਵਧੀਆ ਵਾਲਾ ਮਿਸ਼ਨ ਟੂ ਫੁੱਲਫਿਲ ਪੂਰਾ ਕਰਨਾ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਨੇ ਇੱਕ ਰੱਬੀ ਉਦੇਸ਼ ਨੂੰ ਪੂਰਾ ਕਰਨਾ ਹੈ ਕਿ ਉਹਨਾਂ ਦੇ ਜੀਵਨ ਦਾ ਮਕਸਦ ਉਹਨੂੰ ਉਸ ਰੱਬੀ ਉਦੇਸ਼ ਨੂੰ ਪੂਰਾ ਕਰਨਾ ਹੈ ਕਿ ਜਿਹੜਾ ਗਿਆਨ ਉਹਨਾਂ ਨੇ ਹਾਸਲ ਕੀਤਾ ਹੈ ਜਿਹੜੀ ਜੋਤ ਜਗ ਗਈ ਹੈ ਉਹਨੂੰ ਉਸ ਨੂੰ ਸਮਾਜ ਦੇ ਵਿੱਚ ਲੋਕਾਂ ਵਿੱਚ ਉਹ ਪ੍ਰਕਾਸ਼ ਵਧਣਾ ਹੈ ਲੋਕਾਂ ਨੂੰ ਸਿੱਧੇ ਰਾਹੇ ਪਾਣਾ ਹੈ ਫਿਰ ਕਹਿੰਦੇ ਹੀ ਚੋਸ ਇਹ ਬੱਚੋ ਚੂਜ਼ ਜਿਹੜਾ ਮੂਲ ਸ਼ਬਦ ਹੈ ਚੂਜ਼ ਸੀ ਐਚ ਡਬਲ ਓ ਐਸ ਸੀ ਚੂਜ਼ ਮੈਨੇ ਚੁਣਨਾ ਤੇ ਚੋਸ ਮੈਨੇ ਚੁਣਿਆ ਸੈਕਿੰਡ ਫਾਰਮ ਹੈ ਕੀ ਹੈ ਪਾਸਟ ਟੈਂਸ ਦੀ ਗੱਲ ਹੋ ਰਹੀ ਹੈ ਹੀ ਚੋਸ ਬਨਾਰਸ ਉਹਨਾਂ ਨੇ ਬਨਾਰਸ ਦੀ ਚੋਣ ਕੀਤੀ ਜਾਂ ਬਨਾਰਸ ਨੂੰ ਚੁਣਿਆ ਠੀਕ ਹੈ ਟੂ ਵੀ ਦੀ ਵੈਨਿਊ ਵੈਨਿਊ ਹੁੰਦਾ ਬੱਚਿਓ ਟਿਕਾਣਾ ਆਫ ਇਸ ਫਿਊਚਰ ਫਿਊਚਰ ਮੈਨੇ ਭਵਿਕਵਾਲੀਆਂ ਐਕਟੀਵਿਟੀਜ਼ ਹੁੰਦਾ ਬੱਚਿਓ ਸਰਗਰਮੀਆਂ ਜਾਂ ਗਤੀਵਿਧੀਆਂ ਅਰਥਾਤ ਆਪਣੀਆਂ ਭਵਿਕ ਦੀਆਂ ਸਰਗਰਮੀਆਂ ਫਿਊਚਰ ਐਕਟੀਵਿਟੀਜ਼ ਭਵਿਕ ਦੀਆਂ ਸਰਗਰਮੀਆਂ ਲਈ ਉਹਨਾਂ ਨੇ ਬਨਾਰਸ ਨੂੰ ਆਪਣਾ ਟਿਕਾਣਾ ਚੁਣਿਆ ਹੀ ਚੋਸ ਬਨਾਰਸ ਟੂ ਬੀ ਦੀ ਵੈਨਿਊ ਆਪਣਾ ਟਿਕਾਣਾ ਉਹਨਾਂ ਨੇ ਉਹਨੂੰ ਚੁਣਿਆ ਕਿ ਹੁਣ ਮੈਂ ਇੱਥੇ ਰਹਿ ਕੇ ਕੰਮ ਸ਼ੁਰੂ ਕਰਨਾ ਹੈ ਵਾਲਾ ਰਵੀਦਾਸ ਫੈਲਟ ਰਵੀਦਾਸ ਜੀ ਨੇ ਮਹਿਸੂਸ ਕੀਤਾ ਥੈਟ ਕਿ ਹਿਸ ਟ੍ਰੇਨਿੰਗ ਉਹਨਾਂ ਦੀ ਸਿਖਲਾਈ ਇਨ ਸਪਿਰਚੁਅਲ ਲਾਈਫ ਆਤਮਿਕ ਜੀਵਨ ਦੀ ਸਿਖਲਾਈ ਵਾਸ ਨਾਟ ਯੈਟ ਕੰਪਲੀਟ ਹਲੇ ਪੂਰਨ ਨਹੀਂ ਹੋਈ ਰਵੀਦਾਸ ਜੀ ਨੇ ਮਹਿਸੂਸ ਕੀਤਾ ਕਿ ਆਤਮਿਕ ਜੀਵਨ ਵਿੱਚ ਉਹਨਾਂ ਦੀ ਸਿਖਲਾਈ ਹਲੇ ਪੂਰੀ ਨਹੀਂ ਸੀ ਹੋਈ ਠੀਕ ਹੈ ਹੀ ਹੈਡ ਅ ਡਿਜ਼ਾਇਰ ਡਿਜ਼ਾਇਰ ਹੁੰਦਾ ਬੱਚੋ ਇੱਛਾ ਉਹਨਾਂ ਵਿੱਚ ਚਾਹ ਸੀ ਉਹਨਾਂ ਵਿੱਚ ਇੱਛਾ ਸੀ ਟੂ ਹੈਵ ਮੋਰ ਐਂਡ ਮੋਰ ਹੋਰ ਪ੍ਰਾਪਤ ਕਰਨ ਜਿਆਦਾ ਤੋਂ ਜਿਆਦਾ ਆਫ ਸਪਿਰਚੁਅਲ ਨੋਲੇਜ ਆਤਮਿਕ ਗਿਆਨ ਹੋਰ ਹਾਸਿਲ ਕਰਨ ਦੀ ਪ੍ਰਾਪਤ ਕਰਨ ਦੀ ਉਹਨਾਂ ਵਿੱਚ ਚਾਹ ਸੀ ਉਹਨਾਂ ਵਿੱਚ ਹਾਲੇ ਹੋਰ ਵੀ ਆਤਮਿਕ ਗਿਆਨ ਹਾਸਿਲ ਕਰਨ ਦੀ ਇੱਛਾ ਸੀ ਸੋ ਪਿਆਰੇ ਵਿਦਿਆਰਥੀਓ ਇਹ ਵੀਡੀਓ ਨੂੰ ਅਸੀਂ ਇੱਥੇ ਸਮਾਪਤ ਕਰਦੇ ਆਂ ਇਹ ਤੁਹਾਡਾ ਅੱਧੇ ਨਾਲੋਂ ਥੋੜਾ ਜਿਹਾ ਘੱਟ ਲੈਸਨ ਜਿਹੜਾ ਹੈ ਤਕਰੀਬਨ ਅੱਧਾ ਲੈਸਨ ਪੂਰਾ ਹੋ ਗਿਆ ਹੈ ਅਗਲੇ ਵੀਡੀਓ ਵਿੱਚ ਜਿਹੜਾ ਕਿ ਪਾਰਟ 2 ਆਏਗਾ ਉਹਦੇ ਵਿੱਚ ਅਸੀਂ ਬਾਕੀ ਦਾ ਰਹਿੰਦਾ ਬਚਿਆ ਲੈਸਨ ਕਰਾਂਗੇ ਤੇ ਇਹ ਦੋ ਪਾਰਟ ਵਿੱਚ ਤੁਹਾਡਾ ਲੈਸਨ ਪੂਰਾ ਹੋ ਜਾਏਗਾ ਸੋ ਪਿਆਰੇ ਵਿਦਿਆਰਥੀ ਤੁਸੀਂ ਇਸੇ ਤਰ੍ਹਾਂ ਮਿਹਨਤ ਦੇ ਨਾਲ ਆਪਣੀ ਸ਼ਦਦਤ ਦੇ ਨਾਲ ਅਨੁਸ਼ਾਸਨ ਦੇ ਨਾਲ ਤੇ ਨਿਰੰਤਰਤਾ ਦੇ ਨਾਲ ਲਗਾਤਾਰ ਆਪਣੀ ਪੜਾਈ ਕਰੀ ਚੱਲੋ ਤੇ ਖੂਬ ਤਰੱਕੀਆਂ ਕਰੋ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ Rabaraka, thank you very much.